ਅਤੇ ਵਿੱਚਾ ਸੜਕਾਂ 'ਤੇ ਘੁੰਮਦਾ ਸੀ ਸਾਰਾ ਦਿਨ, ਠੀਕ ਨਹੀਂ ਸੀਗਾ। ਇੱਕ ਅੱਡਾ ਕੁ ਲੱਕੜ ਦਾ ਪੀਸ ਹੈ, ਕੰਨ ਨੂੰ ਲਾ ਕੇ ਬਸ ਗੱਲਾਂ ਕਰਦਾ ਐਂ ਕਰਦਾ ਤੁਰਿਆ ਫਿਰਦਾ ਰਹਿੰਦਾ ਸੀ। ਇਸਕੇ ਸਿਰ ਮੇ ਐਸੇ ਕੀੜੇ ਪੜੇ ਹੋਏ ਥੇ, ਇਤਨਾ ਬੜਾ ਸਿਰ ਮੇ ਹੋਲ ਥਾ ਕੀੜੇ ਕਾ, ਪੂਰਾ ਖੋਪੜੀ ਨੀਚੇ ਸੇ ਨਜ਼ਰ ਆ ਰਹਾ ਥਾ। ਅਤੇ ਯੂਪੀ ਤੋਂ ਸਹਾਰਨਪੁਰ ਤੋਂ ਮੇਲਕੋਟ ਲਾ ਕੇ ਇਹਨਾਂ ਦਾ ਸਰੀਰ ਕੰਮ ਛੱਡ ਗਿਆ ਸੀ, ਜਿਵੇਂ ਪੈਰ ਸੁੱਟ ਗਏ ਸੀ, ਐਡੇ ਐਡੇ ਤੁਰ ਨਹੀਂ ਹੁੰਦਾ ਸੀ, ਖੂਨ ਦੀ ਕਮੀ ਆ ਗਈ ਸੀ, ਬਹੁਤ ਮਾੜੀ ਹਾਲਤ ਸੀ ਜਦੋਂ ਸਾਡੀ ਟੀਮ ਦੇ ਮੈਂਬਰ। ਸਾਡੇ ਘਰ ਦੇ ਉੱਤੇ ਪ੍ਰਭੂ ਦੀ, ਈਸ਼ਵਰ ਦੀ ਮਿਹਰ, ਵਾਹਿਗੁਰੂ ਜੀ ਦੀ ਮਿਹਰ ਸਾਡੇ ਘਰ ਦੇ ਉੱਪਰ, ਜਿੱਥੇ ਹਰੇਕ ਧਰਮ ਦਾ, ਹਰੇਕ ਜਾਤ ਦਾ, ਹਰੇਕ ਆਪਣੀ ਵੱਖਰੀ ਪਛਾਣ ਦਾ ਇਨਸਾਨ ਇੱਕ ਛੱਤ ਹੇਠ ਰਹਿ ਕੇ ਇੱਕ ਦੂਸਰੇ ਦੀ ਇੱਜ਼ਤ ਕਰਕੇ, ਮਾਣ ਸਤਿਕਾਰ ਕਰਕੇ, ਇੱਕ ਮਾਣ ਸਤਿਕਾਰ ਭਰਿਆ ਜੀਵਨ ਬਤੀਤ ਕਰ ਰਿਹਾ। ਇਹ ਹੈ ਸੁਪਨਿਆਂ ਦਾ ਘਰ। ਸਾਡੇ ਘਰ ਦੇ ਮੈਂਬਰ ਜਿਹਦੇ 'ਚ ਫਿਰੋਜ਼ ਖਾਨ, ਜਿਹਨੂੰ ਫੌਜੀ ਕਹਿੰਦੇ ਹਾਂ, ਬੱਚੇ ਨੂੰ, ਇਹਦੇ ਸਿਰ ਬਹੁਤ ਛੋਟਾ ਜਿਹਾ ਵਾ, ਇੱਦਾਂ ਹੀ ਸ਼ਹਿਬਾਜ਼ ਖਾਨ, ਇਹ ਵੀਰ ਦੇ ਸਿਰ 'ਚ ਕੀੜੇ ਪਏ ਹੋਏ ਸੀ ਬੈਕ ਸਾਈਡ 'ਤੇ। ਇੱਦਾਂ ਹੀ ਇਸ਼ਰਾਰ ਖਾਨ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਕਿਸੇ ਨੇ ਆਪਣੇ ਘਰ ਦੇ ਵਿੱਚ, ਅਤੇ ਬਹੁਤ ਹੀ ਤਸ਼ੱਦਦ ਹੁੰਦਾ ਸੀ ਇਹਦੇ 'ਤੇ, ਵਿਚਾਰੇ 'ਤੇ। ਇੱਦਾਂ ਹੀ ਸਾਡੇ ਸਭ ਤੋਂ ਪਿਆਰੇ ਵੀਰ ਸਾਡੇ ਯੂਪੀ ਤੋਂ ਆ, ਸਹਾਰਨਪੁਰ ਤੋਂ, ਅਤੇ ਮੇਲਕੋਟਲੇ ਤੋਂ ਮਿਲੇ ਸੀ ਸਾਨੂੰ। ਮੇਲਕੋਟਲੇ ਕੀ ਕਰਨ ਆਏ ਸੀ ਤੁਸੀਂ? ਉਸਮਾਨ ਖਾਨ, ਮੁਹੰਮਦ ਉਸਮਾਨ ਮੇਲਕੋਟਲਾ ਮੈਂ ਕਿਆ ਕਰ ਰਹੇ ਥੇ ਆਪ? ਮੰਗਦੇ ਥੇ ਮੇਲਕੋਟਲਾ ਮਸਜਿਦ, ਵਹਾਂ ਪੇ ਆਏ ਥੇ ਮਸਜਿਦ ਪੇ। ਅਤੇ ਯੂਪੀ ਤੋਂ ਸਹਾਰਨਪੁਰ ਤੋਂ ਮੇਲਕੋਟਲਾ ਆ ਗਏ। ਮੇਲਕੋਟਲਾ ਆ ਕੇ ਇਹਨਾਂ ਦਾ ਸਰੀਰ ਕੰਮ ਛੱਡ ਗਿਆ ਸੀ, ਜਮ੍ਹਾਂ ਹੀ ਪੈਰ ਸੁੱਜ ਗਏ ਸੀ, ਐਡੇ ਐਡੇ ਤੁਰ ਨਹੀਂ ਹੁੰਦਾ ਸੀ, ਖੂਨ ਦੀ ਕਮੀ ਆ ਗਈ ਸੀ, ਬਹੁਤ ਮਾੜੀ ਹਾਲਤ ਸੀ ਜਦੋਂ ਸਾਡੀ ਟੀਮ ਦੇ ਮੈਂਬਰ ਸਾਡੇ ਕੋਲ ਪਹੁੰਚਦਾ ਕਰਕੇ ਗਏ ਵੀਰ ਨੂੰ। ਅਤੇ ਉਸ ਤੋਂ ਬਾਅਦ ਇਹਦਾ ਪਰਿਵਾਰ ਵੀ ਲੱਭ ਗਿਆ, ਵੈਸੇ ਇਹਦੀ ਅੰਮੀ, ਇਹਦੀਆਂ ਭੈਣਾਂ ਮਿਲ ਕੇ ਵੀ ਗਈਆਂ ਇੱਥੇ ਆ ਕੇ। ਅਤੇ ਇਸ਼ਰਾਰ ਖਾਨ ਦਾ ਅਜੇ ਤੱਕਰ ਪਤਾ ਨਹੀਂ ਲੱਗ ਸਕਿਆ ਸਾਨੂੰ ਇਹ ਵੀਰ ਕੌਣ ਆ। ਇਹ ਆਪਣੇ ਬਾਰੇ ਕੁਛ ਇਸ਼ਾਰਾ ਦੱਸ ਵੀ ਨਹੀਂ ਪਾਉਂਦਾ ਗਾ, ਸਿੱਧਾ ਬੰਦਾ, ਬਹੁਤ ਸਾਊ ਬੰਦਾ। ਅਤੇ ਸ਼ਹਿਬਾਜ਼ ਖਾਨ ਦਾ ਵੀ ਕੁਛ ਨਹੀਂ ਪਤਾ ਲੱਗ ਸਕਿਆ ਅਜੇ ਤੱਕਰ ਸਾਨੂੰ ਵੀ ਇਹ ਬੱਚਾ ਕੌਣ ਆ। ਇਹ ਫਿਰੋਜ਼ ਖਾਨ, ਇਹ ਤਾਂ ਸਾਡੇ ਇੱਥੇ ਨੇੜੇ ਹੀ ਪਿੰਡ ਆ, ਉੱਥੋਂ ਹੀ ਸਾਡੇ ਕੋਲ ਆਇਆ ਸੀ, ਫਰਵਾਹੀ ਤੋਂ ਕਾਲੇ ਪੀਰੇ ਉਹਨੂੰ ਛੱਡ ਕੇ ਗਏ ਸੀ। ਅਤੇ ਵਿੱਚਾ ਸੜਕਾਂ 'ਤੇ ਘੁੰਮਦਾ ਸੀ ਸਾਰਾ ਦਿਨ, ਠੀਕ ਨਹੀਂ ਸੀਗਾ। ਇੱਕ ਅੱਡਾ ਕੁ ਲੱਕੜ ਦਾ ਪੀਸ ਹੈ, ਕੰਨ ਨੂੰ ਲਾ ਕੇ ਬਸ ਗੱਲਾਂ ਕਰਦਾ ਐਂ ਕਰਦਾ ਤੁਰਿਆ ਫਿਰਦਾ ਰਹਿੰਦਾ ਸੀ। ਪਿੰਡਾਂ ਪਿੰਡ ਜਿੱਥੇ ਰਾਤ ਹੋ ਜਾਣੀ ਉੱਥੇ ਸੌ ਜਾਣਾ, ਕਈ ਵਾਰੀ ਕੁੱਤੇ ਮਗਰ ਪੈ ਜਾਣੇ। ਇਹਦੇ ਫਾਦਰ ਦੀ ਡੈਥ ਹੋ ਗਈ ਸੀ, ਘਰੇ ਅੰਮੀ ਹੈ ਇਹਦੀ, ਅਤੇ ਨਿੱਕੀਆਂ ਨਿੱਕੀਆਂ 5 ਭੈਣਾਂ ਇਹਦੀ। ਇਹਦਾ ਬੱਚੇ ਦੇ ਤੁਸੀਂ ਸਿਰ 'ਤੇ ਕੈਪ ਲਈ ਹੈ, ਸ਼ਾਇਦ ਤੁਹਾਡੇ ਧਿਆਨ 'ਚ ਨਾ ਆਉਂਦਾ ਹੋਵੇ, ਇਹਦਾ ਸਿਰ ਆ ਜਿਹੜਾ ਬਹੁਤ ਛੋਟਾ ਜਿਹਾ, ਨਿੱਕਾ ਜਿਹਾ ਹੀ ਹੈ, ਸਿਰ ਡਿਵੈਲਪ ਹੀ ਨਹੀਂ ਹੋਇਆ ਸਿਰ ਇਹਦਾ ਪੂਰਾ, ਜਿਹਦੇ ਕਰਕੇ ਇਹਦੀ ਸੋਝੀ ਨਹੀਂ ਬਣੀ ਪੂਰੀ, ਸਮਝ ਨਹੀਂ ਆਈ ਇਹਨੂੰ, ਜਾਂ ਕਹਿ ਦਈਏ ਨਾ। ਅਤੇ ਇਸ਼ਰਾਰ ਖਾਨ, ਤੁਹਾਡੇ ਗਾਓਂ ਕਾ ਨਾਮ ਕਿਆ ਹੈ? ਯੂਪੀ। ਯੂਪੀ ਮੇ ਜ਼ਿਲ੍ਹਾ ਕੌਣ ਸਾ ਹੈ? ਜ਼ਿਲ੍ਹਾ ਨਹੀਂ, ਯੂਪੀ ਤੋਂ ਹੈ, ਜ਼ਿਲ੍ਹਾ ਕੌਣ ਸਾ ਹੈ? ਸ਼ਹਿਰ ਪੜਤਾ ਜੋ, ਸਿਟੀ, ਸਿਟੀ ਨਹੀਂ ਹੈ, ਠੀਕ। ਗਾਓਂ ਕਾ ਨਾਮ ਕਿਆ ਹੈ? ਗਾਓਂ ਕਾ ਨਾਮ ਹੈਂ ਕਿਆ ਕਿਆ ਨਾਮ ਹੈ? ਯੂਪੀ ਨਾਮ ਹੈ। ਇਸਕੋ ਬਤਾਨਾ ਤੁਨੇ ਮੁਹੰਮਦ ਉਸਮਾਨ ਜੀ ਕੋ ਬਤਾ ਦੋਗੇ? ਮੁਹੰਮਦ ਉਸਮਾਨ ਜੀ, ਜੀ ਯੂਪੀ ਸੇ ਹੈ, ਇਨਕਾ ਐਡਰੈਸ ਪਤਾ ਕਰਨਾ ਹੈ ਆਪਣੇ, ਇਸਕੇ ਪਾਸ ਬਿਠਾ ਲੈਣਾ ਹੈ, ਔਰ ਸੇ ਬਤੀਆ ਕਰਨਾ ਹੈ, ਔਰ ਪੁੱਛਣਾ ਹੈ ਇਸਕਾ ਘਰ ਕਹਾਂ ਪੇ, ਠੀਕ ਹੈ? ਗਾਓਂ ਕਾ ਨਾਮ ਕਿਆ ਹੈ?
ਤਾਂ ਜੋ ਇਹ ਆਪਣੀ ਅੰਮੀ ਕੋ ਔਰ ਅੱਬੂ ਕੋ ਮਿਲ ਪਾਏ, ਹੈ ਨਾ। ਔਰ ਇਹ ਬੱਚਾ ਸ਼ਹਿਬਾਜ਼ ਖਾਨ ਹੈ, ਜੇ ਦੇਖੋ ਆਪਣੇ ਉਸਮਾਨ ਭਾਈ, ਇਸਕੇ ਸਿਰ ਮੇ ਐਸੇ ਕੀੜੇ ਪੜੇ ਹੋਏ ਥੇ, ਇਤਨਾ ਬੜਾ ਸਿਰ ਮੇ ਹੋਲ ਥਾ ਕੀੜੇ ਕਾ, ਪੂਰਾ ਖੋਪੜੀ ਨੀਚੇ ਸੇ ਨਜ਼ਰ ਆ ਰਹਾ ਥਾ। ਜੇ ਬੱਚਾ ਹਮੇ ਲੁਧਿਆਣਾ ਸਟੇਸ਼ਨ ਕੇ ਪਾਸ ਸੇ ਮਿਲਾ ਥਾ, ਪਤਾ ਨਹੀਂ ਕਹਾਂ ਸੇ ਆਇਆ ਹੈ। ਸ਼ਹਿਬਾਜ਼ ਕੈਸੇ ਹੋ ਭਾਈ, ਸਲਾਮ ਵਾਲੇਕੁਮ। ਸਲਾਮ ਵਾਲੇਕੁਮ, ਤੁਹਾਰਾ ਨਾਮ ਕਿਆ ਹੈ, ਨਾਮ ਕਿਆ ਹੈ ਤੁਹਾਰਾ? ਅਰੇ ਬੋਲੋ ਯਾਰ, ਕਿਆ ਨਾਮ ਬੋਲੋ, ਕਿਆ ਨਾਮ ਹੈ, ਨਾਮ ਕਿਆ ਹੈ ਤੁਹਾਰਾ, ਨਾਮ ਬਤਾਓ, ਆਪਣਾ ਨਾਮ ਤੋ ਬਤਾਓ। ਅਰੇ ਬਤਾ ਦੇ ਯਾਰ ਨਾਮ, ਉਸਮਾਨ ਭਾਈ ਨਾਮ ਨਹੀਂ ਬਤਾ ਰਹਾ ਜੀ, ਅਰੇ ਬਤਾ ਦੇ ਨਾਮ, ਕਿਆ ਨਾਮ ਹੈ ਬਤਾਓ, ਅਭੀ ਨਾਮ ਕਿਆ ਹੈ ਬਤਾ ਦੇ ਭਾਈ, ਕਿਆ ਨਾਮ ਹੈ ਬਤਾਓ। ਇਹ ਸ਼ਹਿਬਾਜ਼ ਭਾਈ, ਨਾਮ ਬਤਾਓ, ਕਿਆ ਨਾਮ ਹੈ ਤੁਹਾਰਾ, ਨਾਮ ਕਿਆ ਹੈ, ਕਿਆ ਨਾਮ ਹੈ, ਕਿਆ ਨਾਮ ਹੈ ਬੋਲੋ, ਨਾਮ ਕਿਆ ਹੈ ਭਾਈ ਬਤਾਓ, ਭਾਈ ਕੋ ਬਤਾ ਦੋ, ਭਾਈ ਨਹੀਂ ਮੇਰਾ ਤੂੰ, ਬਤਾ ਦੇ ਕਿਆ ਨਾਮ ਹੈ ਤੁਹਾਰਾ, ਬੋਲੋ ਕਿਆ ਨਾਮ ਹੈ, ਕਿਆ ਨਾਮ ਹੈ ਭਾਈ ਬੋਲੋ, ਇੱਕ ਵਾਰ ਬੋਲੋ, ਕਿਆ ਨਾਮ ਹੈ, ਕਿਆ ਨਾਮ ਹੈ ਬੋਲੋ, ਮੇਰੇ ਕੰਨ ਨੇ ਬੋਲ ਦੋ, ਕਿਆ ਨਾਮ ਹੈ। ਜਦੋਂ ਅਸੀਂ ਇਹਨੂੰ ਲੈ ਕੇ ਆਏ, ਇਸ ਨੇ ਆਪਣਾ ਨਾਮ ਸ਼ਹਿਬਾਜ਼ ਦੱਸਿਆ ਸੀ, ਹੋਰ ਕੁਛ ਨਹੀਂ ਦੱਸਿਆ। 2 ਸਾਲ ਤੋਂ ਉੱਪਰ ਹੋ ਗਿਆ ਇਹਨੂੰ ਬੱਚੇ ਨੂੰ ਸਾਡੇ ਕੋਲ ਆਇਆ, ਬਹੁਤ ਵਾਰ ਵੀਡੀਓ 'ਚ ਵੀ ਦਿਖਾਇਆ, ਵੀਡੀਓ ਵੀ ਪਾਈਆਂ ਸਪੈਸ਼ਲ ਵੀ। ਪਲੀਜ਼ ਸਾਡੇ ਇਹ 2 ਮੈਂਬਰ ਇਸ਼ਰਾਰ ਖਾਨ ਅਤੇ ਸ਼ਹਿਬਾਜ਼ ਖਾਨ, ਇਹਨਾਂ ਦੋਨਾਂ ਦਾ ਚਿਹਰਾ ਧਿਆਨ ਨਾਲ ਦੇਖ ਲਓ, ਸ਼ਾਇਦ ਇਹਦੇ ਅੱਬੂ ਅੰਮੀ ਇਹਨਾਂ ਦੇ ਲੱਭਦੇ ਹੋਣ, ਇਹਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਨੂੰ ਲੱਭਦੇ ਫਿਰਦੇ ਹੋਣ ਕਿਤੇ। ਬਸ ਇਹ ਪਲੀਜ਼ ਸਾਡੀ ਬੇਨਤੀ ਨੂੰ ਕਬੂਲ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ। ਜੇ ਕੋਈ ਪਹਿਚਾਣਦਾ, ਇੱਧਰ ਆਇਆ ਫੌਜੀਆ, ਇੱਥੇ ਆ ਜਾ ਮੇਰੇ ਫੌਜੀ, ਇੱਥੇ ਆ ਜਾ, ਇੱਥੇ ਆ ਜਾ ਭਾਈ, ਆ ਜਾ ਫੌਜੀਆ, ਅਤੇ ਇਹਨਾਂ ਲਈ ਦੁਆ ਵੀ ਕਰਿਓ, ਅਰਦਾਸ ਵੀ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਸਲਾਮ ਵਾਲੇਕੁਮ।